ਸਰਿਆਂ ਪੋਸਟਰ ਲਾਉਣ ਚੱਲੇ ਆ ਬਈ, ਜਿਹਨੇ ਹਿੱਕ ਚ ਬਚਣਾ ਹੋਇਆ ਦੱਸ ਕੇ ਆਇਓ, ਮੋਸਟ ਵੈਲਕਮ ਹੈ, ਪੋਸਟ ਪਾ ਕੇ ਚੱਲੇ ਆ ਤੇ ਤੁਸੀਂ ਵੀ ਦੱਸ ਕੇ ਆਇਓ ਜੇ ਦੁੱਧ ਪੀਤਾ, ਠੀਕ ਹੈ? ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਲੈਸ ਹੋ ਕੇ ਪੰਜਾਬੀ ਗਾਣਿਆਂ ਤੇ ਰੀਲਾਂ ਪਾਉਣ ਵਾਲੇ ਮੁੰਡਿਆਂ ਨੂੰ ਇਹ ਕਰਨਾ ਬੜਾ ਮਹਿੰਗਾ ਪੈ ਗਿਆ ਹੈ, ਕਿਉਂਕਿ ਹੁਣ CIA2 ਅਤੇ AGTF ਦੀ ਟੀਮਾਂ ਨੇ ਇਹਨਾਂ ਮੁੰਡਿਆਂ ਤੇ ਕਾਰਵਾਈ ਕਰਦਿਆਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 4 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ 4 ਪਿਸਤਲ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁੰਡਿਆਂ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇਹਨਾਂ ਮੁੰਡਿਆਂ ਦੇ ਵੱਲੋਂ ਹੱਥਾਂ ਵਿੱਚ ਪੋਸਟਰ ਫੜ ਕੇ ਲਲਕਾਰੇ ਮਾਰੇ ਗਏ ਸੀ, ਧਮਕੀਆਂ ਦਿੱਤੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਪੰਜਾਬੀ ਗਾਣੇ ਲਗਾ ਕੇ ਹਥਿਆਰ ਲਹਿਰਾਉਂਦਿਆਂ ਹੋਇਆਂ ਰੀਲਾਂ ਵੀ ਬਣਾਈਆਂ। ਇਸ ਦੇ ਚੱਲਦਿਆਂ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕੀਤੀ ਗਈ। AGTF ਦੇ ਵੱਲੋਂ ਇਨਵੈਸਟੀਗੇਟ ਕਰਦਿਆਂ ਇਹਨਾਂ ਮੁੰਡਿਆਂ ਤੱਕ ਪਹੁੰਚ ਕੀਤੀ ਗਈ ਤੇ ਫਿਰ ਇਹਨਾਂ ਦੇ ਵਿੱਚੋਂ 4 ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਜਿਨ੍ਹਾਂ ਤੋਂ 4 ਪਿਸਤਲ ਵੀ ਬਰਾਮਦ ਹੋਏ ਨੇ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਕੁਝ ਦਿਨ ਪਹਿਲਾਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਸੀ, ਨਾਲ ਹੀ ਕੁਝ ਪੋਸਟਰ ਵੀ ਰਿਲੀਜ਼ ਕੀਤੇ ਗਏ ਸੀ ਜੋ ਇਹਨਾਂ ਮੁੰਡਿਆਂ ਦੇ ਵੱਲੋਂ ਪਾਏ ਗਏ ਸਨ ਤੇ ਨਾਲ ਧਮਕੀਆਂ ਦਿੱਤੀਆਂ ਗਈਆਂ ਸਨ। ਹਥਿਆਰ ਫੜ ਕੇ ਹੱਥ ਦੇ ਵਿੱਚ ਗੰਡਾਸੀ ਫੜੀ ਹੋਈ ਇੱਕ ਮੁੰਡੇ ਨੇ, ਜਦਕਿ ਦੂਸਰਾ ਲਲਕਾਰੇ ਮਾਰ ਰਿਹਾ ਹੈ, ਧਮਕੀਆਂ ਦੇ ਰਿਹਾ ਹੈ। ਇਸ ਤੋਂ ਬਾਅਦ ਇਹਨਾਂ ਮੁੰਡਿਆਂ ਦੇ ਵੱਲੋਂ ਇਸੇ ਤਰ੍ਹਾਂ ਹਥਿਆਰ ਫੜ ਕੇ ਗਲੀਆਂ 'ਚ ਤੁਰਦਿਆਂ ਪੰਜਾਬੀ ਗਾਣੇ ਲਗਾ ਕੇ ਰੀਲਾਂ ਵੀ ਬਣਾਈਆਂ ਗਈਆਂ, ਵੀਡੀਓ ਦੇ ਵਿੱਚ ਹਥਿਆਰ ਵੀ ਲਹਿਰਾਏ ਗਏ। ਇਸੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ AGTF ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕਿ 4 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਹਥਿਆਰ ਵੀ ਬਰਾਮਦ ਹੋਏ ਨੇ, ਕਾਰਤੂਸ ਵੀ ਮਿਲੇ ਨੇ। ਤੇ ਇੱਥੇ ਇਹ ਵੀ ਸਾਹਮਣੇ ਆ ਰਿਹਾ ਕਿ ਇਹਨਾਂ ਮੁੰਡਿਆਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ, ਹੁਣ ਇਹਨਾਂ ਦੇ ਖਿਲਾਫ AGTF ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸਰਿਆਂ ਪੋਸਟਰ ਲਾਉਣ ਚੱਲੇ ਆ ਬਈ, ਜਿਹਨੇ ਹਿੱਕ ਚ ਬਚਣਾ ਹੋਇਆ ਦੱਸ ਕੇ ਆਇਓ, ਮੋਸਟ ਵੈਲਕਮ ਹੈ, ਪੋਸਟ ਪਾ ਕੇ ਚੱਲੇ ਆ ਤੇ ਤੁਸੀਂ ਵੀ ਦੱਸ ਕੇ ਆਇਓ ਜੇ ਦੁੱਧ ਪੀਤਾ, ਠੀਕ ਹੈ? ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਲੈਸ ਹੋ ਕੇ ਪੰਜਾਬੀ ਗਾਣਿਆਂ ਤੇ ਰੀਲਾਂ ਪਾਉਣ ਵਾਲੇ ਮੁੰਡਿਆਂ ਨੂੰ ਇਹ ਕਰਨਾ ਬੜਾ ਮਹਿੰਗਾ ਪੈ ਗਿਆ ਹੈ, ਕਿਉਂਕਿ ਹੁਣ CIA2 ਅਤੇ AGTF ਦੀ ਟੀਮਾਂ ਨੇ ਇਹਨਾਂ ਮੁੰਡਿਆਂ ਤੇ ਕਾਰਵਾਈ ਕਰਦਿਆਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 4 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ 4 ਪਿਸਤਲ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁੰਡਿਆਂ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇਹਨਾਂ ਮੁੰਡਿਆਂ ਦੇ ਵੱਲੋਂ ਹੱਥਾਂ ਵਿੱਚ ਪੋਸਟਰ ਫੜ ਕੇ ਲਲਕਾਰੇ ਮਾਰੇ ਗਏ ਸੀ, ਧਮਕੀਆਂ ਦਿੱਤੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਪੰਜਾਬੀ ਗਾਣੇ ਲਗਾ ਕੇ ਹਥਿਆਰ ਲਹਿਰਾਉਂਦਿਆਂ ਹੋਇਆਂ ਰੀਲਾਂ ਵੀ ਬਣਾਈਆਂ। ਇਸ ਦੇ ਚੱਲਦਿਆਂ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕੀਤੀ ਗਈ। AGTF ਦੇ ਵੱਲੋਂ ਇਨਵੈਸਟੀਗੇਟ ਕਰਦਿਆਂ ਇਹਨਾਂ ਮੁੰਡਿਆਂ ਤੱਕ ਪਹੁੰਚ ਕੀਤੀ ਗਈ ਤੇ ਫਿਰ ਇਹਨਾਂ ਦੇ ਵਿੱਚੋਂ 4 ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਜਿਨ੍ਹਾਂ ਤੋਂ 4 ਪਿਸਤਲ ਵੀ ਬਰਾਮਦ ਹੋਏ ਨੇ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਕੁਝ ਦਿਨ ਪਹਿਲਾਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਸੀ, ਨਾਲ ਹੀ ਕੁਝ ਪੋਸਟਰ ਵੀ ਰਿਲੀਜ਼ ਕੀਤੇ ਗਏ ਸੀ ਜੋ ਇਹਨਾਂ ਮੁੰਡਿਆਂ ਦੇ ਵੱਲੋਂ ਪਾਏ ਗਏ ਸਨ ਤੇ ਨਾਲ ਧਮਕੀਆਂ ਦਿੱਤੀਆਂ ਗਈਆਂ ਸਨ। ਹਥਿਆਰ ਫੜ ਕੇ ਹੱਥ ਦੇ ਵਿੱਚ ਗੰਡਾਸੀ ਫੜੀ ਹੋਈ ਇੱਕ ਮੁੰਡੇ ਨੇ, ਜਦਕਿ ਦੂਸਰਾ ਲਲਕਾਰੇ ਮਾਰ ਰਿਹਾ ਹੈ, ਧਮਕੀਆਂ ਦੇ ਰਿਹਾ ਹੈ। ਇਸ ਤੋਂ ਬਾਅਦ ਇਹਨਾਂ ਮੁੰਡਿਆਂ ਦੇ ਵੱਲੋਂ ਇਸੇ ਤਰ੍ਹਾਂ ਹਥਿਆਰ ਫੜ ਕੇ ਗਲੀਆਂ 'ਚ ਤੁਰਦਿਆਂ ਪੰਜਾਬੀ ਗਾਣੇ ਲਗਾ ਕੇ ਰੀਲਾਂ ਵੀ ਬਣਾਈਆਂ ਗਈਆਂ, ਵੀਡੀਓ ਦੇ ਵਿੱਚ ਹਥਿਆਰ ਵੀ ਲਹਿਰਾਏ ਗਏ। ਇਸੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ AGTF ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕਿ 4 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਹਥਿਆਰ ਵੀ ਬਰਾਮਦ ਹੋਏ ਨੇ, ਕਾਰਤੂਸ ਵੀ ਮਿਲੇ ਨੇ।
ਤੇ ਇੱਥੇ ਇਹ ਵੀ ਸਾਹਮਣੇ ਆ ਰਿਹਾ ਕਿ ਇਹਨਾਂ ਮੁੰਡਿਆਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ, ਹੁਣ ਇਹਨਾਂ ਦੇ ਖਿਲਾਫ AGTF ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।